ਸੋ ਹੇ ਗਾਇਸ ਵਾਟ ਇਜ਼ ਅਪ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਜੇ ਆਈ ਹੋਪ ਕਿ ਸਾਰੇ ਵਧੀਆ ਹੋਣਗੇ ਬਹੁਤ ਜ਼ਿਆਦਾ ਵਧੀਆ ਸੋ ਹਾਂਜੀ ਗਾਇਸ ਅੱਜ ਅਸੀਂ ਆਏ ਹੈਪੀ ਫੂਡ ਕੋਰਨਰ 'ਤੇ ਤੁਹਾਨੂੰ ਰਾਤ ਦਾ ਸਟਰੀਟ ਫੂਡ ਵਿਖਾਉਣਾ ਕਿਉਂਕਿ ਮੈਗਾ ਮਲਾਈ ਚਾਂਪ ਅਤੇ ਮੋਮੋਸ ਇਹੋ ਜਿਹੇ ਹੈਗੇ ਆ ਅਤੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਅਤੇ ਬੜੇ ਲੋਕ ਬਣਾਉਂਦੇ ਯੂਨੀਕ ਟੇਸਟ ਬਣਾਉਂਦੇ ਸਾਰੇ ਅਤੇ ਅੱਜ ਆਪਾਂ ਫਿਰ ਤੋਂ ਆਏ ਤੁਹਾਡੇ ਲਈ ਮੈਨੂੰ ਮੋਮੋਸ ਅਤੇ ਮਲਾਈ ਚਾਂਪ ਲੈ ਕੇ ਅਲੱਗ ਅਲੱਗ ਟੇਸਟ ਹੋਣਗੇ ਅਤੇ ਮੈਗਾ ਵਾਕਈ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ ਹੈਗਾ ਅਤੇ ਆਈ ਹੋਪ ਤੁਹਾਨੂੰ ਵੀ ਬਹੁਤ ਜ਼ਿਆਦਾ ਸਵਾਦ ਲੱਗੂਗਾ ਅਤੇ ਬਲੋਗ ਐਂਡ ਤਾਂ ਵੇਖਣਾ ਵਾਕਈ ਤੁਹਾਨੂੰ ਮੇਰਾ ਬਹੁਤ ਜ਼ਿਆਦਾ ਮਜ਼ਾ ਆਏਗਾ ਵਧੀਆ ਲੱਗੇਗਾ ਅਤੇ ਬਸ ਤੁਸੀਂ ਐਂਡ ਤਾਂ ਵੇਖੋ ਸ਼ੇਅਰ ਕਰੋ ਅਗਰ ਵਧੀਆ ਲੱਗ ਜਾਏ ਨਹੀਂ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸਣਾ ਕੀ ਕਮੀ ਸੀਗੀ ਬਾਕੀ ਫਿਰ ਹੁਣ ਤੁਹਾਨੂੰ ਅੱਗੇ ਸਾਰੀ ਇਨਫੋਰਮੇਸ਼ਨ ਦੱਸ ਦੇਣ ਐਡਰੈਸ ਵਗੈਰਾ ਸਭ ਕੁਛ ਅਤੇ ਬਾਕੀ ਤੁਹਾਨੂੰ ਟੇਸਟ ਕਰਕੇ ਦਿਖਾਉਂਦੇ ਹਾਂ ਓਕੇ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਭਾਈ ਹੁਣ ਤੁਹਾਨੂੰ ਆਪਣੀ ਦੁਕਾਨ ਦਾ ਨਾਮ ਦੱਸੋ ਯਾਰ ਸਾਡੀ ਦੁਕਾਨ ਦਾ ਨਾਮ ਹੈ ਹੈਪੀ ਫੂਡ ਕੋਰਨਰ ਹੈਪੀ ਫੂਡ ਕੋਰਨਰ ਓਕੇ ਇਹ ਕਿੱਥੇ ਪੈਂਦਾ ਵਾ ਇਹ ਸਰ ਜਿੱਠਾ ਰੋਡ ਪਾਵਰ ਕਲੋਨੀ ਦੇ ਬਿਲਕੁਲ ਬਾਹਰ ਓਕੇ ਲੈਟਸ ਸੋ ਗਾਇਸ ਇਹ ਪਾਵਰ ਕਲੋਨੀ ਬਿਲਕੁਲ ਹੀ ਬਾਹਰ ਇਹਨਾਂ ਦਾ ਮੈਂ ਛੋਟਾ ਸਟੋਰ ਲਗਾ ਤੇ ਬਹੁਤ ਵਧੀਆ ਹੈਗਾ ਤੇ ਦੋਵੇਂ ਭਰਾ ਕੰਮ ਕਰਦੇ ਨੇ ਆਪਸ ਵਿੱਚ ਮਤਲਬ ਵਾਕਈ ਵੇਖ ਕੇ ਮਜ਼ਾ ਆਉਂਦਾ ਤੇ ਪ੍ਰਾਈਸ ਹੀ ਚੀਜ਼ ਹੀ ਨੇ ਇਹ ਸਰ ਮਲਾਈ ਚਾਂਪ ਹੈ ਇਹ ਦੇਖੋ ਇਹ 50 ਰੁਪਏ ਸਾਰੇ ਓਕੇ ਠੀਕ ਹੈ ਇੱਕ ਸਰ ਰੋਸਟਡ ਚਾਂਪ ਹੈ ਦੇਖੋ ਹਾਂਜੀ ਤੇ ਸਰ ਇਹ ਦੇਖੋ ਮੋਮੋਸ ਹੈ ਇਹ ਵੈਜ ਓਕੇ ਉਹ ਸਰ 40 ਰੁਪਏ ਠੀਕ ਹੈ ਚੀਜ਼ ਵਾਲੇ ਸਰ ਉਹ 50 ਹਾਂਜੀ ਤੇ ਚਿਕਨ ਵਾਲੇ ਉਹ 50 ਸਰ ਉਹ ਚਿਕਨ ਵਾਲੇ 50 ਤੇ ਮਲਾਈ ਕਰਕੇ ਸਰ 10 ਰੁਪਏ ਐਕਸਟਰਾ ਠੀਕ ਹੈ ਰੈਸਪੀ ਵੇਚ ਤੋਂ ਮਲਾਈ ਇੱਕ ਕਰਕੇ ਸਿਰਫ ਐਕਸਟਰਾ ਤੇ ਸਾਰੇ ਇੰਨੇ ਮਹਿੰਗੇ ਰੱਦੇ ਮੋਮੋਸ ਤੁਸੀਂ ਇੰਨੇ ਸਸਤੇ ਕਿਉਂ ਰੱਖੇ ਸਰ ਗਾਹ ਨੂੰ ਚੀਜ਼ ਚੰਗੀ ਦਵਾਂਗੇ ਸਸਤਾ ਨੂੰ ਫੇਰੀ ਗਾਹ ਆਏਗਾ ਅਰੇ ਹੋ ਤੇ ਯਾਰ ਗਾਇਸ ਅੱਛੇ ਵੇਚ ਤੋਂ ਮਤਲਬ ਉਹਨਾਂ ਆਪਣਾ ਨੂੰ ਕੋਈ ਉਹਨਾਂ ਨੂੰ ਕੋਈ ਪ੍ਰੋਫਿਟ ਵਗੈਰਾ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਬਸ ਇਹ ਚਾਹੀਦਾ ਕਿ ਖੁਸ਼ ਰਹੋ ਤੇ ਬਾਕੀ ਵੇਖੋ ਮਲਾਈ ਚਾਂਪ ਬੰਦੀ ਵੀ ਆ ਤੇ ਇੱਥੇ ਮੋਮੋਸ ਬੰਦੇ ਤੇ ਤੁਹਾਨੂੰ ਆਪਾਂ ਦੋਵੇਂ ਟੇਸਟ ਕਰਕੇ ਦਿਖਾਉਂਦੇ ਤੇ ਆਈ ਹੋਪ ਤੁਹਾਨੂੰ ਵਲੌਗ ਬਹੁਤ ਜ਼ਿਆਦਾ ਵਧੀਆ ਲੱਗਿਆ ਵਧੀਆ ਲੱਗਿਆ ਲਾਈਕ ਮੈਂ ਸ਼ੇਅਰ ਜੂ ਕਰਨਾ ਤੇ ਬਸ ਤੁਸੀਂ ਵਲੌਗ ਐਂਡ ਤਾਈ ਵੇਖਿਓ ਠੀਕ ਹੈ ਓਕੇ ਕਿ ਚਲ ਚਾਹ ਮੰਗੇ ਤੇ ਉਹਨਾਂ ਨੂੰ ਕੀ ਖਵਾਓਗੇ ਤੁਸੀਂ ਸਰ ਤੁਹਾਨੂੰ ਇੱਕ ਵਾਰ ਲੱਗੇ ਮਲਾਈ ਚਾਹ ਓਹ ਹੋ ਹੋ ਗਾਇਸ ਅਸੀਂ ਵੇਖੋ ਨਾ ਆਪਾਂ ਮਲਾਈ ਚਾਹ ਖਾਵਾਂਗੇ ਤੇ ਉਹਨਾਂ ਡਰੇਸ ਕਰਕੇ ਦਿਖਾਵਾਂਗੇ ਕੀ ਬਾਤ ਹੈ ਕਿਹੜੇ ਮੋਮੋਸ ਮਲਾਈ ਵਾਲੇ ਹੋਏ ਪਨੀਰ ਵਾਲੇ ਵੀ ਪਨੀਰ ਵਾਲੇ ਬ੍ਰੋ ਤੁਹਾਡਾ ਕੀ ਨਾਮ ਹੈ ਭਾਈ ਮੇਰਾ ਨਾਮ ਸੈਮ ਹੈਗਾ ਹੈ ਹਾਂਜੀ ਤੇ ਉਮਰ ਕੀ ਤੁਹਾਡੀ ਮੇਰੀ 15 ਸਾਲ ਉਮਰ ਹੈ 15 ਸਾਲ ਉਮਰ ਹੈ ਤੇ ਕੀ ਕੀ ਬਣਾ ਲੈਂਦੇ ਹੋ ਆਪਾਂ ਮੋਮੋਸ ਬਣਾ ਲੈਂਦੇ ਮੋਮੋਸ ਬਣਾ ਲੈਂਦੇ ਹਾਂ ਤੇ ਮੋਮੋਸ ਦੇ ਸਾਰੇ ਤੁਸੀਂ ਦੋਈ ਵੀ ਪ੍ਰਾਈਸ ਦੱਸ ਦਿਓ ਆਪਾਂ ਆਪਣੇ ਵੈਜ ਜਿਹੜੇ ਹੈਗੇ ਉਹ 40 ਰੁਪਏ ਪਲੇਟ ਦੇ ਤੇ ਪਨੀਰ ਤੇ ਚਿਕਨ 50 ਰੁਪਏ ਚਿਕਨ ਦੇ ਪੀਸ ਕਿੰਨੇ ਹੁੰਦੇ ਮੋਮੋਸ ਦੇ ਚਿਕਨ ਦੇ 8 ਹੁੰਦੇ ਤੇ ਪਨੀਰ ਦੇ ਵੀ 8 ਹੁੰਦੇ ਵੈਜ ਦੇ ਵੀ 8 ਹੁੰਦੇ ਓਕੇ ਸੋ ਗਾਇਸ ਇਟਸ ਸੋ ਦਿਓ ਹਮ ਲਾਈ ਹੋਣ ਲੱਗੇ ਹਾਂਜੀ ਅੱਜ ਬੰਦੇ ਕੌਣ ਹਾਂਜੀ अरे हमको जल्दी खिलाओ क्या बोल रही कंपनी वड़ापाव पैक नहीं करने क्या हमको जल्दी मोमोज खिलाओ क्या बोल रही पब्लिक मस्त है ऐनी बनाओ बेटे ਹਨੂੰ ਕੀ ਖਵਾ ਲਓਗੇ ਤੁਸੀਂ ਚਿਕਨ ਮੋਮੋਸ ਖਵਾ ਰਹੇ ਹੋ ਭਾਈ ਤਾਂ ਚਲੋ ਠੀਕ ਹੈ ਲਾਈਕ ਕਰਕੇ ਓਕੇ ਤੁਹਾਡਾ ਸਾਡੇ ਮਲਾਈ ਮੋਮੋਸ ਹੋਣ ਲੱਗੇ ਆ ਹੈਵ ਸਮ ਮੱਖਣ ਪੈ ਗਿਆ ਯਾ ਪੈ ਗਈ ਕਰੀਮ ਚਾਰ ਮਸਾਲੇ ਚਲੋ ਕਿਆ
थैंक यू ब्रो। सो गाइस सुन वारी है मेरा, अपन मलाई मोमोस ट्राई करिए। सीरियसली इट्स एन अमेजिंग टेस्ट यार। बाकी अगर मैं कभी खाते मोमोस अलग टेस्ट है, फिर मलाई मोमोस मैं बड़े खाते हैं, अगर नहीं खाते हो इसलिए अगर आप रेट कर सकते हो आप 10 8.5। तो गाइस देखो आटी मलाई चाम हो गई है, पूरी तरह रोस्ट कर रहे हैं। सो गाइस हुन वारी आ मलाई चाम टेस्ट करन दी, बड़ी गर्म है यार, बट उन्हें वेचन में टेस्टी लगन दी यार। क्या बात है, चीयर्स। सीरियसली इट्स एन अमेजिंग टेस्ट यार। आयुष और डेस्क वगैरह सब कुछ दस्ता हुआ विजिट जरूर करो, ठीक है, ओके।